ਯਾਰੋ ਅੱਜ ਦੇ ਟਾਈਮ ਚ ਮਨੁੱਖ ਨੂੰ ਰੱਬ ਦਾ ਡਰ ਨਹੀਂ ਹੈ, ਪਰ ਇਹ ਜਾਨਵਰ ਰੱਬ ਦੀ ਰਜ਼ਾ ਚ ਰਾਜ਼ੀ ਰਹਿੰਦੇ ਨੇ। ਅੱਜ ਜਿਹੜਾ ਆਪਾਂ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਨਾ, ਉਸ ਨੂੰ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਵੇਗਾ। ਯਾਰੋ ਅਕਸਰ ਹੀ ਲੋਕ ਜਾਨਵਰਾਂ ਨੂੰ ਬੇਜ਼ੁਬਾਨ ਸਮਝ ਕੇ ਉਹਨਾਂ ਨੂੰ ਮਾਰਦੇ ਨੇ, ਕੁੱਟਦੇ ਨੇ, ਉਹਨਾਂ ਦੀ ਫੀਲਿੰਗਸ ਨੂੰ ਨਹੀਂ ਸਮਝਦੇ। ਲੋਕ ਕਹਿੰਦੇ ਨੇ ਇਹ ਤਾਂ ਜਾਨਵਰ ਨੇ, ਇਹਨਾਂ ਨੂੰ ਕਿਹੜਾ ਸਮਝੇ, ਪਰ ਯਾਰੋ ਜਾਨਵਰ ਇਨਸਾਨ ਤੋਂ ਜ਼ਿਆਦਾ ਸਿਆਣਾ ਏ। ਹਾਲ ਹੀ ਵਿਚ ਜਿਹੜਾ ਛੋਟਾ ਜਿਹਾ ਵੀਡੀਓ ਕਲਿੱਪ ਵਾਇਰਲ ਹੋ ਰਿਹਾ ਹੈ, ਉਹ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਇਸ ਵੀਡੀਓ ਕਲਿੱਪ 'ਚ ਤੁਸੀਂ ਦੇਖ ਸਕਦੇ ਹੋ ਵੀ ਇੱਕ ਕੁੱਤਾ ਬੈਠਿਆ ਹੋਇਆ ਹੈ, ਤੇ ਇਹ ਕੁੱਤੇ ਨੂੰ ਜਦੋਂ ਲੋਕ ਕਹਿੰਦੇ ਨੇ ਰਾਧੇ ਰਾਧੇ, ਤਾਂ ਕੁੱਤਾ ਵੀ ਅੱਗੇ ਹੱਥ ਜੋੜ ਕੇ ਖੜਾ ਹੋ ਜਾਂਦਾ ਹੈ ਤੇ ਰੱਬ ਨੂੰ ਯਾਦ ਕਰਨ ਲੱਗ ਪੈਂਦਾ ਹੈ। ਸੋ ਆਓ ਤੁਹਾਡੇ ਨਾਲ ਇਹ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਦੇ ਹਾਂ। ਯਾਰੋ ਜਾਨਵਰਾਂ ਦੀ ਫੀਲਿੰਗਸ ਨੂੰ ਸਮਝਿਆ ਕਰੋ, ਇਹਨਾਂ ਦੇ ਅੰਦਰ ਵੀ ਦਿਲ ਆ, ਇਹਨਾਂ ਨੂੰ ਵੀ ਦਰਦ ਹੁੰਦਾ ਹੈ। ਸੋ ਹਮੇਸ਼ਾ ਹੀ ਬੇਜ਼ੁਬਾਨਾਂ ਦੀ ਹੈਲਪ ਕਰੋ, ਰੱਬ ਇਹਨਾਂ 'ਚ ਵੀ ਵਸਦਾ ਹੈ। ਸੋ ਤੁਸੀਂ ਕਮੈਂਟਾਂ 'ਚ ਰਾਧੇ ਰਾਧੇ ਜ਼ਰੂਰ ਲਿਖਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ। ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।